ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸਾਹਿਲ। ਤੇ ਜਿਸ ਪੰਜਾਬੀ ਸਿੰਗਰ ਦੀ ਮੈਂ ਗੱਲ ਕਰਨ ਜਾ ਰਿਹਾ, ਉਸ ਪੰਜਾਬੀ ਸਿੰਗਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਆਪਣੇ ਗਾਣੇ ਪ੍ਰਪੋਜ਼ਲ ਦੇ ਨਾਲ। ਜੀ ਹਾਂ, ਮੈਂ ਗੱਲ ਕਰ ਰਿਹਾ ਮਹਿਤਾਬ ਵਿਰਕ ਦੀ। ਮਹਿਤਾਬ ਵਿਰਕ ਬਹੁਤ ਹੀ ਜਲਦ ਲੈ ਕੇ ਆ ਰਹੇ ਨੇ ਆਪਣਾ ਨਵਾਂ ਗਾਣਾ। ਇਸ ਬਾਰੇ 'ਚ ਇਨਫੋਰਮੇਸ਼ਨ ਮਹਿਤਾਬ ਵਿਰਕ ਨੇ ਆਪਣੇ ਸਨੈਪਚੈਟ ਦੇ ਉੱਤੇ ਇੱਕ ਵੀਡੀਓ ਨੂੰ ਰਿਕਾਰਡ ਕਰਕੇ ਦਿੱਤੀ ਹੈ। ਇਸ ਵੀਡੀਓ ਦੇ ਵਿੱਚ ਮਹਿਤਾਬ ਵਿਰਕ ਨੇ ਗਾ ਕੇ ਸੁਣਾਇਆ ਆਪਣਾ ਨਵਾਂ ਆਉਣ ਵਾਲਾ ਗਾਣਾ। ਸੋ ਤੁਸੀਂ ਵੀ ਸੁਣੋ ਤੇ ਦੱਸੋ ਮਹਿਤਾਬ ਵਿਰਕ ਦਾ ਨਵਾਂ ਗਾਣਾ ਤੁਹਾਨੂੰ ਕਿਹੋ ਜਿਹਾ ਲੱਗਿਆ। ਤੋੜਨੇ ਸੀ ਆਪੇ ਕਾਨੂੰ ਸੁਪਨੇ ਵਖਾਏ, ਜਿੰਨਾ ਅੱਖਾਂ ਵਿੱਚ ਤੂੰ ਸੀ ਅੱਜ ਹੰਝੂ ਵੇਖ ਆਏ, ਮੇਰੀ ਰੂਹ ਤੜਫਾ ਕੇ ਤੂੰ, ਹਾਂ ਮੇਰੀ ਨੀਂਦ ਉਡਾ ਕੇ ਤੂੰ। ਆਪ ਕਿੱਦਾਂ ਸੌ ਗਿਆ, ਆਪ ਕਿੱਦਾਂ ਸੌ ਗਿਆ, ਕਿਉਂ ਬੇਗਾਨਾ ਹੋ ਗਿਆ, ਦੱਸ ਜਾ ਵੇ ਤੂੰ ਕਿੱਥੇ ਖੋ ਗਿਆ, ਓ ਮੈਨੂੰ ਦੱਸ ਜਾ, ਹਾਂ ਮੈਨੂੰ। ਇਸ ਗਾਣੇ ਦੇ ਨਾਲ ਨਾਲ ਮਹਿਤਾਬ ਵਿਰਕ ਨੇ ਇੱਕ ਹੋਰ ਨਵੀਂ ਅਪਡੇਟ ਸ਼ੇਅਰ ਕੀਤੀ ਹੈ। ਉਸ ਅਪਡੇਟ ਦੇ ਵਿੱਚ ਮਹਿਤਾਬ ਵਿਰਕ ਨੇ ਦੱਸਿਆ ਕਿ ਉਹ ਬਹੁਤ ਹੀ ਜਲਦ ਗੀਤਾਸ ਬਿੰਦ ਰੱਖਿਆ ਦੇ ਨਾਲ ਵੀ ਇੱਕ ਨਵਾਂ ਗਾਣਾ ਲੈ ਕੇ ਆ ਰਹੇ ਨੇ। ਸੋ ਤੁਸੀਂ ਚੈੱਕਆਊਟ ਕਰੋ ਇਸ ਵੀਡੀਓ ਨੂੰ। ਇਹਨੂੰ ਵੀ ਬੜੀ ਜਲਦੀ ਅਸੀਂ ਐਜ਼ ਅ ਸਿੰਗਰ ਲਾਂਚ ਕਰ ਰਹੇ ਹਾਂ। ਡਬਿੰਗ ਕੰਪਲੀਟ। ਓ ਮਾਈ ਗੋਡ, ਕੁਝ ਨਵਾਂ, ਕੁਝ ਨਵਾਂ ਕਿਵੇਂ ਆਈਦਾ ਆਵਲ ਉਹ ਕਿਵੇਂ ਪੁਰਾਣਾ ਯਾਰ ਜਿੰਨਾ ਦਾ ਗਾਣਾ ਆਇਆ ਹੁਣ ਕਿਵੇਂ। ਇੱਕ ਤਾਂ ਦੁਰਗਾ ਰਹੀਲਾ ਜੀ ਨੇ ਨਾ, ਹਾਂਜੀ ਉਹ ਵੀ ਕਰਦੇ ਸੀ। ਨਹੀਂ ਜਿਹੜਾ ਇੱਕ ਹੁਣ ਆਇਆ ਨਵਾਂ ਸੀ ਕਿਤਾ, ਹਾਂ ਇਹ ਮੈਂ ਕੀਤਾ। ਸੋ ਕਿੱਦਾਂ ਦਾ ਲੱਗਿਆ ਤੁਹਾਨੂੰ ਮਹਿਤਾਬ ਵਿਰਕ ਦਾ ਗਾਇਆ ਹੋਇਆ ਨਵਾਂ ਗਾਣਾ, ਤੇ ਕਿੰਨੀ ਕੁੜੀ ਗਿਆ ਤੁਹਾਨੂੰ ਮਹਿਤਾਬ ਵਿਰਕ ਤੇ ਗੀਤਾਸ ਬਿੰਦ ਰੱਖਿਆ ਦੇ ਨਵੇਂ ਆਉਣ ਵਾਲੇ ਗਾਣੇ ਦੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ ਹੈ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ। ਤੇ ਨਵੇਂ ਤੇ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ।